ਅਸਲਾਮੁ ਅਲੈਕੁਮ ਭੈਣ ਤੇ ਭਰਾਓ, ਮੈਂ ਤੁਹਾਡਾ ਆਪਣਾ ਜ਼ਫਰੀ ਖਾਨ। ਤੇ ਸਰਦੀ ਤੇ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ, ਅਸੀਂ ਵੀ ਜ਼ਰਾ ਲੱਕੜਾਂ ਪਖਾਈਆਂ ਨੇ। ਅੱਜ ਅਸੀਂ ਬਣਾਵਾਂਗੇ ਬੀਫ ਪਲਾਓ ਤੇ ਚਿਕਨ ਕੜਾਈ, ਕਿਉਂਕਿ ਮੁੰਡੇ ਸਾਡੇ ਜਿਹੜੇ ਨਾ ਉਹ ਜ਼ਰਾ ਬੀਫ ਦੇ ਬੜੇ ਸ਼ੌਕੀਨ ਨੇ। ਅਸਲਾਮੁ ਅਲੈਕੁਮ ਰਹਿਮਤੁਲਲਾਹਿ ਵਬਰਕਾਤੁਹ। ਇਹ ਜੀ ਸਾਡਾ ਬੀਫ, ਦੇਖੋ ਜੀ, ਜਦੋਂ ਅਸੀਂ ਚਰਬੀ ਵਾਲਾ ਬੀਫ ਲੈ ਕੇ ਆਏ ਹਾਂ ਕਿਉਂਕਿ ਪਲਾਓ ਬਣਨਾ ਹੈ। ਇਹ ਅਸੀਂ ਕੱਢਾਂਗੇ ਇਹਦੀ ਯਖਨੀ, ਨਾਲੇ ਵੇਖਦੇ ਹਾਂ ਕਿ ਅੱਜ ਠੰਡ ਸਾਨੂੰ ਕੀ ਕਹਿੰਦੀ ਹੈ। ਮੇਰਾ ਦਿਲ ਕਰ ਰਿਹਾ ਮੈਂ ਇੱਥੋਂ ਉੱਠਾ ਹੀ ਨਾ, ਲੇਕਿਨ ਮੈਨੂੰ ਕੜਾਈ ਬਣਾਉਣੀ ਪੈਣੀ ਚਿਕਨ। ਤੁਹਾਡਾ ਦਿਲ ਕਰ ਰਿਹਾ ਅੱਗ ਤੋਂ ਨਾ ਉੱਠਣ ਤੇ? ਅੱਜ ਮੇਰਾ ਦਿਲ ਕਰ ਰਿਹਾ ਇੱਥੇ ਹੀ ਬੈਠਾ ਰਹਾਂ ਮੈਂ, ਕਿਉਂਕਿ ਸਰਦੀ ਬਹੁਤ ਜ਼ਿਆਦਾ ਹੈ। ਤੇ ਨਹੀਂ ਜੀ, ਉਦੋਂ ਤਾਂ ਇੱਥੋਂ ਉੱਠਿਆ ਕਿਉਂਕਿ ਸਰਦੀ ਹੈਗੀ ਤੇ ਮੈਂ ਕਹਿੰਦਾ ਜੋ ਤਾਂ ਗੋਸ਼ ਦੀ ਗੱਲ ਦਾ ਉਦੋਂ ਤੱਕ ਇੱਥੇ ਹੀ ਪਵਾਂ। ਹਾਂ ਮਾਮਾ, ਲਓ ਉਸਤਾਦ ਜੀ ਕੱਪੜਾ। ਇਹ ਤੁਹਾਨੂੰ ਦੱਸੇਗੀ ਹੱਡੀ ਵਾਲੀ ਬੋਟੀ, ਚੈੱਕ ਕਰ ਦੇ ਰਹਿਣ ਦਰਿਆ ਕਿ ਨਹੀਂ। ਅਜੇ 15 ਮਿੰਟ ਲੈਂਦਾ ਬੀਫ ਦੀ ਇਹ ਪ੍ਰੋਬਲਮ ਹੈ। ਅਸੀਂ ਕੁੱਕਰ ਨਹੀਂ ਲਾਉਣਾ, ਅਸੀਂ ਵੀ ਧੀ ਧੋਏ, ਅਸੀਂ ਵੀ ਕੁੱਕਰ ਨਹੀਂ ਲਾਉਣਾ। ਰੱਖੋ ਇਹਦੇ ਉੱਤੇ ਸਾਰਾ ਸਾਜ਼ੋ ਸਮਾਨ। ਫਿਰ ਚੱਲ ਥੋੜੇ ਕੁ ਦੇਈ ਯਾਰ, ਇੱਧਰ ਮੈਨੂੰ ਥੱਲੀ ਇੱਧਰ ਨੂੰ ਉਹ ਪਾ ਥੋੜਾ ਵੱਧਦਾ ਕੀ ਕੀਤੀ ਜਾਂਦਾ। ਬਸ ਠੀਕ ਹੈ, ਪਾਣੀ ਇਹਨੂੰ ਚੁੱਕੀ ਯਾਰ, ਹੁਣ ਚੁੱਕ ਤੇਰੀਆਂ ਬਾਵਾਂ ਮੇਰੇ ਕੋਲ। ਆਇਆ ਆਇਆ ਚੱਕਰ ਕੀ ਹੈ ਯਾਰ? ਪਾਣੀ ਸਾਹਿਬ, ਹਾਂਜੀ, ਗੱਲ ਭਲਾ ਕੀ ਹੈ? ਕੀ ਅੱਜ ਮਿਲਿਆ ਬੜਾ ਔਖਾ ਕੰਮ, ਬੜਾ ਔਖਾ ਕੰਮ ਮਿਲਿਆ। ਅੱਛਾ, ਹਰ ਹਰੀ ਅਸੀਂ ਆਪਣੀ ਦਿਹਾੜੀ ਛੱਡ ਦਿੰਦੇ ਹਾਂ ਤੇ ਕਿਸੇ ਕਦੀ ਉਹਦਾ ਫੋਨ ਆ ਗਿਆ, ਕਦੀ ਉਹਦਾ ਆ ਗਿਆ, ਤੁਸੀਂ ਨਿਕਲ ਜਾਂਦੇ। ਅੱਜ ਨਹੀਂ ਛੱਡਣਾ, ਅੱਜ ਭਾਵੇਂ ਜਿਹਦਾ ਮਰਜ਼ੀ ਫੋਨ ਆਵੇ, ਅੱਜ ਕੋਈ ਚੱਕਰ ਨਹੀਂ ਭਾਈ। ਅੱਜ ਮੇਰਾ ਭਰਾ ਕਾਰ ਪੈਸੇ ਲੈ ਕੇ ਜਾਣ ਨੇ, ਹੰਡੀ ਰੋਟੀ ਅੱਜ ਪੱਲਿਓ ਖਾਣੀ ਹੈ, ਕੋਈ ਕੰਮ ਚ ਕੰਪਰੋਮਾਈਜ਼ ਨਹੀਂ ਕਰਨਾ। ਬਿਲਕੁਲ ਸਹੀ ਕਹਿ ਰਹੇ ਯਾਰ, ਚੌਕੇ ਨੂੰ ਬਹੁਤ ਕੰਮ ਰਹਿੰਦਾ। ਅਲੀ ਬਿਸਮਿਲ੍ਲਾ, ਮੈਂ ਚੜ੍ਹਨਾ ਨਾ, ਮੈਨੂੰ ਖਾਈ ਕੋਈ ਠੀਕ ਹੈ? ਅੱਛਾ, ਰੱਖ ਤੇ ਇੱਥੇ ਰੱਖ, ਇੱਥੇ ਰੱਖ, ਓਕੇ, ਥੱਲੇ ਸਹੀ ਹੈ, ਇੱਥੇ ਰੱਖ, ਚੱਲ ਬਿਸਮਿਲ੍ਲਾ ਪੜ੍ਹ ਕੇ ਤੇ ਆਪਣਾ ਆਪ ਤੇ ਛੱਡ ਦਿੰਦੇ ਹਾਂ। ਇੱਥੇ ਖੜ, ਚੱਲ ਰੱਖੀ ਉੱਤੇ ਇੱਕ, ਇਹ ਵੀ ਫੜ ਲਾ ਚਾ। ਇਹ ਕਿੱਧਰ, ਇਹ ਕਿੱਥੋਂ ਆ ਗਿਆ? ਠੀਕ, ਕੀ ਕਰ ਰਹੇ ਹੋ ਇੱਥੇ ਤੁਸੀਂ? ਤੇ ਨਜ਼ਰ ਨਹੀਂ ਆ ਰਿਹਾ ਸੀ ਉਸ ਦਿਨ ਦਾ ਮੈਨੂੰ ਕੀਮਾ ਤੇ ਚਾਵਲ ਖਵਾ ਗਏ, ਆਪ ਤੁਸੀਂ ਇੱਥੇ ਦਿਹਾੜੀਆਂ ਲਾ ਰਹੇ ਹੋ? ਹੈ, ਮੈਨੂੰ ਉਸ ਦਿਨ ਦਾ ਕੀਮਾ ਦਿਮਾਗ 'ਚ ਆ ਰਿਹਾ, ਉਹ ਪੁਆਣੇ ਹੀ ਖਵਾ ਰਹੇ ਹੋ ਮੈਨੂੰ? ਉਹ ਪੁਆਣੇ ਲੋਕ ਹੈ। ਨਹੀਂ ਨਹੀਂ ਨਹੀਂ, ਕੱਲ ਇਹ ਬੋਸ ਜਾਨ ਨਹੀਂ ਛੱਡਦਾ ਸੀ, ਹੁਣ ਲੈਣ ਜਾਨ ਛੱਡਦਾ। ਮੈਂ ਅੱਜ ਤੁਹਾਡੇ ਨਾਲ ਜਾਣਾ, ਤੁਸੀਂ ਮੈਨੂੰ ਉਸ ਦਿਨ ਜ਼ਬਰਦਸਤੀ ਲੈ ਕੇ ਗਏ, ਅੱਜ ਮੈਂ ਤੁਹਾਨੂੰ ਜ਼ਬਰਦਸਤੀ ਲੈ ਕੇ ਜਾਵਾਂਗਾ। ਯਾਰ ਮੇਰੇ ਮੈਨੂੰ ਖਾਨ ਸਾਹਿਬ ਦੇ ਫਾਰਮ ਹਾਊਸ ਤੇ ਲੈ ਕੇ ਚਲੋ। ਗੱਲ ਸੁਣ, ਕੀਮਾ ਚਾਵਲ, ਕੀਮਾ ਚਾਵਲ ਉਹ ਖਾਦੇ ਸੀ ਨਾ? ਓਏ ਹੋਏ, ਮੇਰੇ ਕੀ ਲਜ਼ੀਜ਼ ਕੀਮਾ। ਅੱਛਾ ਨਹੀਂ ਲੱਗਦਾ ਵੈਸੇ ਇੰਜ ਜਾਣਾ, ਮਗਰ ਮਜਬੂਰੀ ਹੈ ਕਿ ਭੁੱਖ ਸਾਨੂੰ ਸਾਰਿਆਂ ਨੂੰ ਲੱਗੀ ਹੋਈ ਹੈ। ਆਹੋ, ਲੇਕਿਨ ਇਹ ਅਗਰ ਚੱਲ ਜਾਣ ਦਾ ਕੋਈ ਮਸਲਾ ਨਹੀਂ ਹੈਗਾ, ਉਹ ਨੇਕ ਲੋਕ ਨੇ, ਚੰਗੇ ਬੰਦੇ ਨੇ, ਅਸੀਂ ਉੱਥੇ ਜਾ ਕੇ ਅਗਰ ਬੂਹਾ ਖੜਕਾਵਾਂਗੇ ਨਾ ਤੇ ਸਾਨੂੰ ਫਿਰ ਉਂਝ ਬਿਸਮਿਲ੍ਲਾ ਰੋਟੀ ਖਾਣਾ। ਬਿਸਮਿਲ੍ਲਾ ਕਰੋ, ਬਿਸਮਿਲ੍ਲਾ ਕਰੋ। ਗੱਲ ਸੁਣ ਬਸ, ਲੇਕਿਨ ਕੀਮਾ ਚਾਵਲ ਕਮਾਲ ਸੀ ਯਾਰ, ਗੱਲ ਤੇ ਸੋਚ ਨਾ। ਇਨਸਾਨ ਤੈਨੂੰ ਇਨਸਾਨ ਦਾ ਵਾਦਾ ਬਲਾਉ, ਨਹੀਂ ਨਹੀਂ ਇਹਨੂੰ ਆ ਚਲੋ ਆਪੀ ਸੋਟ ਲੈਣ ਦਾ ਬਾਕੀ। ਚਲੋ ਚਲੋ ਫਿਰ। ਹਾਂਜੀ, ਤੇ ਬੂਹਾ ਵੀ ਖੁੱਲਾ ਆ ਮਾਲੀ ਸਾਹਿਬ। ਹਾਂਜੀ, ਮੈਨੂੰ ਖਤਰੇ ਦੀ ਨਿਸ਼ਾਨੀ ਲੱਗ ਰਹੀ ਕੋਈ, ਕਿ ਬੂਹਾ ਵੀ ਖੁੱਲਾ ਤੇ ਅਸੀਂ
ਖੁੱਲਿਆ ਮੰਦਰ ਬਾਰ ਮੈਨੂੰ ਤੇ ਲੱਗਦਾ ਅੱਜ ਇਹਨਾਂ ਸਾਨੂੰ ਕੁੱਟਣਾ ਹੀ ਕਿੱਥੇ ਲੈ ਆਇਓ ਮੈਨੂੰ ਤੈਨੂੰ ਹੀ ਸ਼ੌਕ ਸੀ ਇੱਧਰ ਆਉਣ ਦਾ ਬਾਰ ਬਾਰ ਆਇਓ ਫਿਰ ਚੱਲੀਏ ਕਿੱਧਰ ਅੱਜ ਤੁਸੀਂ ਵਾਪਸ ਚੱਲੋ ਅੰਦਰ ਮੁਖੱਦਰ ਲੰਗਰ ਖਾਣ ਆ ਜਾਂਦੇ ਅੰਦਰ ਚੱਲੋ ਉਹ ਜੀ ਭੈਣੋ ਤੇ ਭਰਾਓ ਅਸੀਂ ਆ ਗਏ ਆਪਣੀ ਚਿਕਨ ਕੜਾਈ ਵਾਲੇ ਪਾਸੇ ਠੀਕ ਹੈ ਜੀ ਤੇ ਅਸੀਂ ਜ਼ਰਾ ਥੋੜਾ ਜਿਹਾ ਸਾਜ਼ੋ ਸਮਾਨ ਸੈੱਟ ਕਰ ਲਈਏ ਮਾਮਾ ਚਿਕਨ ਲਿਆ ਲੋ ਜੀ ਕੜਾਈ ਸਾਡਾ ਆ ਗਿਆ ਆਇਲ ਲਓ ਉਸਤਾਦ ਜੀ ਸਾਡਾ ਆ ਗਿਆ ਜੀ ਚਿਕਨ ਉਸਤਾਦ ਜੀ ਹਾਂਜੀ ਉਹ ਮੁੰਡੇ ਫਿਰ ਆਏ ਸਨ ਨਾ ਬਾਹਰ टाइम लेंदे ने गलन लगे बस नहीं हारे पिछे पै गया जेरा तुसी कीमा नलियां नहीं खोईयां उस दिन दा टेस्ट ही नहीं लथिया मुंह तो यानी कि ए भी मेरा कसूर है मैं तुहानू सही खवाया ते मेरी जान नहीं छुट रही चलो अज मैं तुहाडे लई बना रहा वा अदा बीफ दा पुलाओ ते नाल चिकन कढ़ाई जिथे हाली भी एना कल जिंदिया तीन किश्तां रहिंदियां रोटी वेख के पागल हो जांदा लो जी चिकन तलिया जा रहा गलती खुला मिल गया अच्छा मामू ने सानू डक लिया बारो ही तुहानू पिया लगदा बीफ दा पुलाओ ते चिकन कढ़ाई रायता ना होवे ते चटनी ना होवे ते सलाद ना होवे ते मैं कहना कोई फायदा ही नहीं पुलाओ चिकन कराई ते मेरा पुत घर जाओ यार क्या खूबसूरत खुशबू आ रही है चिकन साडा गलन नहीं लगते बाकी बहुत सर्दी खास साहब इत्थे सर्दी बहुत ज्यादा है जी बहुत ज्यादा मैं अज अद्धा घंटा उत्थे अग ते ही बैठा रहा के बीफ दे कोल ही के बीफ गले थोड़ा जिहा पानी मैं इस करके लाया वे कि वो चिकन जिहड़ा ना देशकी दे नाल लग रहा कड़ाई दे नाल लग रहा इस करके मैं लाया कि जरा ऐ जी साडी अदरक लसन दी पेस्ट वाह
ਜ਼ਰੂਰੀ ਚੀਜ਼। ਇਹ ਤੇ ਫਿਰ ਤੁਹਾਨੂੰ ਪਤਾ ਹੈ ਕਿ ਇਹ ਜੀ ਜ਼ਰਾ ਅਸੀਂ ਹਰੀਆਂ ਮਿਰਚਾਂ ਥੋੜ੍ਹੀਆਂ ਜਿਹੀਆਂ ਐਡ ਕਰ ਲਈਆਂ, ਇੰਨੀਆਂ ਕੁ ਬੜੀਆਂ ਥੋੜ੍ਹੀਆਂ ਜੀ। ਲਓ ਜੀ ਇਹ ਪਿਆਜ਼ ਸਾਡੇ ਚ, ਮੈਂ ਧੁੱਪਿਆ ਇਹ ਪਿਆਜ਼ ਤੇ ਮੈਂ ਹੁਣ ਤਾਂ ਨੀ ਧੋ ਰਿਹਾ ਕਿ ਮੇਰੇ ਹੱਥ ਅੱਡੇ ਬਰਫ਼ ਹੋ ਜਾਣ, ਥੋੜ੍ਹਾ ਜਿਹਾ ਪਿਆਜ਼ ਜੀ। ਬਸ ਵੀ ਬੜੇ ਸਸਤੇ ਪਿੰਡ ਚ ਰਹਿੰਦਾ ਜੇ। ਅੱਛਾ ਜੀ। ਸਿਰਫ ਦਰਵਾਜ਼ਾ ਹੀ ਹੈ, ਛੱਤ ਛੁੱਤ ਕੁਛ ਵੀ ਨਹੀਂ ਹੁੰਦੀ ਉੱਥੇ। ਸਹੀ ਗੱਲ ਮੈਂ ਬਸ ਅੱਧਾ ਤੇ ਮੈਨੂੰ ਪਤਾ ਹੈ ਤੇ ਉਸ ਪਿੰਡ ਚ ਰਹਿੰਦਾ ਜਿੱਥੇ ਅੱਜ ਵੀ ਤੂੜੀ ਨੂੰ ਨਿਮਕੋ ਕਹਿੰਦੇ ਨੇ। ਬਸ ਤੁਰਾਂ ਦੇ ਘਰ ਕੋ ਬੰਦਾ ਉਹਦਾ ਜੂਸ ਦਾ ਕੈਨ ਸੁੱਟ ਗਿਆ, ਤਿੰਨ ਦਿਨ ਘਰੋਂ ਬਾਹਰ ਹੀ ਨੀ ਨਿਕਲੇ। ਉਹ ਕਿਉਂ? ਕਿ ਹੋਰੇ ਕੋ ਬੰਬ ਸੁੱਟ ਗਿਆ। ਹਲਦੀ। ਅੱਛਾ ਮੈਂ ਨਾ ਕਾਫੀ ਜਗ੍ਹਾ ਤੇ ਗਿਆ। ਅੱਛਾ ਜੀ। ਤੂੰ ਕਾਫੀ ਮੈਨੂੰ ਭੈਣਾਂ ਮਿਲਦੀਆਂ ਨੇ ਤੇ ਉਹ ਮੈਨੂੰ ਕਹਿੰਦੇ ਨੇ ਜੀ ਅਸੀਂ ਟਰਾਈ ਕੀਤੀ ਸੀ ਤੁਹਾਡੀ ਰੈਸਿਪੀ ਤੇ ਬੜਾ ਅੱਛਾ ਖਾਣਾ ਬਣਿਆ ਸੀ। ਲੇਕਿਨ ਬੜੀ ਗੱਲ ਹੈ, ਉਹ ਭੈਣਾਂ ਭਰਾ ਜਿਹੜੇ ਨੇ ਉਹ ਯੂਜ਼ ਕਰਦੇ ਨੇ ਤੇ ਅੱਛਾ ਵੀ ਲੱਗਦਾ। ਮੈਨੂੰ ਵੀ ਨੀ ਪਤਾ ਨਾਲ ਕਿਉਂ ਲਈ ਫਿਰ ਰਹੇ ਹੋ ਜੇ ਤੁਹਾਨੂੰ ਪਤਾ ਹੀ ਨਹੀਂ। ਬੋਲਦੀ ਵਜਾ ਥੋੜੀ ਧੂੜਾ ਮਿਰਚ ਜੀ। ਅੱਛਾ ਜੀ। ਥੋੜੀ ਜੀ ਕਾਲੀ ਮਿਰਚ, ਵਾਹ, ਥੋੜਾ ਜਿਹਾ ਗਰਮ ਮਸਾਲਾ। ਉਹਨੂੰ ਮਾਮੇ ਨੂੰ ਕਹਿ ਦਿੰਦਾ ਦਹੀਂ ਥੋੜਾ ਜ਼ਿਆਦਾ ਮੰਗਾਏ ਸੀ, ਇਹਦੇ ਚ ਕੜਾਹੀ ਵੀ ਪਾ ਦਿੰਦਾ। ਅੱਛਾ ਜੀ। ਜੇ ਨਾ ਹੋਏ ਤੇ ਫਿਰ ਖੈਰ ਇਸ ਟਮਾਟਰ ਤੇ ਪਾਣੇ ਹੀ। ਮੈਂ ਕਹਿੰਦਾ ਸਹੀ, ਤੁਹਾਨੂੰ ਪੁੱਜੇ ਗੋਸ਼ ਦਾ ਮਜ਼ਾ ਆਏਗਾ। ਕਿਹੜੀ ਖਾਣ ਸਰ? ਰੋਟੀਆਂ ਪਕਵਾਨੀਆਂ ਹੈਂਡ ਵਾਸ਼ ਕੀਤੇ ਪਕਾ ਲੈਣ। ਨਹੀਂ ਉਹ ਬੰਦੇ ਨੂੰ ਵੀ ਕਹਿੰਦਾ ਹੈਂਡ ਵਾਸ਼ ਕੀਤੇ, ਕਹਿੰਦਾ ਕਿਉਂ? ਥੋੜਾ ਆ ਕੇ ਜੰਡ ਮਾਰੀ ਉਹਨੇ, ਕਹਿੰਦਾ ਪਤਾ ਲੱਗੇ ਹੈਂਡ ਵਾਸ਼ ਹੋਏ ਕਿ ਨਹੀਂ ਹੋਏ। ਮੈਂ ਕਿਹਾ ਲੱਗ ਗਿਆ, ਸੋਰੀ। ਅਗਰ ਤੁਸੀਂ ਸਮਝੋ ਨਾ ਤੇ ਸਾਡੀ ਕੜਾਈ ਰੈਡੀ ਹੈ, ਰੋਟੀਆਂ ਲੈ ਕੇ ਆਵਾਂ। ਰੋਟੀਆਂ ਦਾ ਫੋਨ ਕਰੋ। ਕਿੰਨੀਆਂ ਸਾਦੀਆਂ ਕਿੰਨੀਆਂ ਤੇ ਖਮੀਰੀਆਂ ਕਿੰਨੀਆਂ? ਜਦੋਂ ਪੈਦਾ ਹੋਇਆ ਤੇ ਇਹਦਾ ਭਾਠਾਂ ਤੇ ਚੁੱਕ ਕੇ ਨਾ ਜਾ ਕੇ ਮਹੱਲੇਦਾਰਾਂ ਨੂੰ ਕਹਿੰਦਾ ਉਹ ਮੇਰਾ ਪੁੱਤਰ ਹੈ, ਅੱਗੋਂ ਮਹੱਲੇਦਾਰ ਹੀ ਕਹਿੰਦਾ ਚਾਚਾ ਸੁਣ ਕੀ ਹੂ ਪਤਾ ਨੀ ਕੀ ਹੂ। ਸਾਨੂੰ ਪਤਾ ਨੀ ਕਿ ਸਾਨੂੰ ਅੰਦਰ ਮਾਰਨਾ ਕਿਆ ਕਲਰ ਇਹਦਾ।
समझो तो रेडी है जुआ नी जिथे जुआ हो रहा हों उथे जाके कह रहे पैसे दो मेनू तो उन्होंने ना तत्ती चाह सुनती है तो कोई शर्मिंदा नहीं होया वो कहता बिस्कुट भी दो ठीक होंगे जा रहे मुंडे लो जी उस्ताद जी वो साढ़े तो मेनू बड़ा गुस्सा जरा साढ़े को सफाई कराई है ना ठंडा पे मैं सुना बलिया भी नहीं सारे चुप खड़े ने बच्चे चुकन आई माई होती कई ना चावल खाते भलवान तुम ना सस्ता जा लग गया की करिए बस अज भी असि माशाला काम ते सस्ता अच्छा पहले एक बो साडी जान नहीं छड़दा सी ते अज माशाल्लाह शकल कैसी कराई कड़ी कितनी खूबसूरत है ताजी जिनी ठंड है बंदा फलुक जांदा कढ़ाई दा मजा बिलकुल हल्की आंच कर दी असि बड़ा मेरे साथ खुशबू आ रही है कढ़ाई साड़ी वेखो 10-15 मिनट रेडी होगी देखो जरा साड़ी कढ़ाई रेडी
सुभान अल्लाह जी, वाह जी वाह, सुभान, क्या बात। लहसुन का पानी असल मर्चा देसी मर्चा। नमक तुसी अपने हिसाब नाल जिन्ना हसबे जायका होगा उन्ना पाओ, तो पुलाव एक थोड़ा ज्यादा ही कदे चलता है क्योंकि चावल होंगे, लेकिन मैं लगता कि बस बहुत है, थोड़ी जी सुरख मिर्च ऐड करांगे। धूला मिर्च काली मिर्च, गरम मसाला, ये धनिया हूने ही पा लेने, धनिया बगैर मैं रह नहीं सकता। हाँ जी माई साहब। हाँ जी, मजा आ रहा है। मैं तुम क्या देगा, दो रोटियां फाड़ ला, बात का कोई पता नहीं। हाँ साहब, मान जी भी बड़ा अच्छा शेफ है। अच्छा जी, एक ही बनाऊंगा। परसों ने मच्छी पकाई थी, इतना पानी पा लिया मच्छी नूं लगे मैं फिर समुंदर च आ गया। जुतियां दा थैला रखिया, मैं कहा मानी है किधर चला, कहिंदा कज़न है बांदर किला खेलना। बांदर किला बहुत खेलिया। अच्छा जी, बड़ियां पईयां होईयां मैनूं। ऐ साडी चिकन कढ़ाई जी ਜਿਹੜੀ ਤਕਰੀਬਨ ਰੈਡੀ ਹੈ, ਅਸੀਂ ਵੈਸੇ ਹਲਕੀ ਆਂਚ ਤੇ ਰੱਖੀ ਹੈ ਦਮ ਦੇ ਉੱਤੇ। ਮਤਲਬ ਕੀ ਖੇਡੇ ਤੁਸੀਂ ਕਹਿ ਰਹੇ ਬਾਂਦਰ ਕਿੱਲਾ? ਇਹ ਸਾਡੇ ਪੁਲਾਓ ਦਾ ਗੋਸ਼ਤ ਹੈ ਜਿਹੜਾ ਭੁੱਜ ਰਿਹਾ। ਹਾਂਜੀ, ਤੇਰਾ ਤੇ ਹੰਡੀ ਪੀੜਾ ਛੁੱਟਿਆ ਨਾ, ਜਿਵੇਂ ਤੈਨੂੰ ਨਹੀਂ ਪਤਾ। ਮੈਨੂੰ ਨਹੀਂ ਪਤਾ, ਮੈਂ ਨਹੀਂ ਖੇਡੀ। ਨਹੀਂ ਤੂੰ ਨਹੀਂ ਖੇਲੀ ਹੋਣੀ। ਨਹੀਂ ਖੇਲੀ, ਤਦੇ ਤੇ ਕਹਿ ਰਹੇ ਮੈਂ ਨਹੀਂ ਖੇਲਿਆ। ਅਸੀਂ ਖੇਲਿਆ ਬਾਂਦਰ ਕਿੱਲਾ, ਉਹ ਇੱਕ ਕਿੱਲਾ ਠੋਕ ਕੇ ਉਹਦੇ ਨਾਲ ਰੱਸੀ ਬੰਨੀ ਦੀ ਸੀ, ਜਿਹੜੀ ਕਿ ਜਿੱਥੇ ਜਿੱਥੇ ਵਿੱਚ ਆ ਜਾਵੇ ਇੰਜ ਗੋਲ ਟੈਰ, ਉਹਦੇ ਵਿੱਚ ਜੁੱਤੀਆਂ ਰੱਖੀਆਂ ਹੁੰਦੀਆਂ ਸੀ, ਉਹ ਫਿਰ ਲੱਤ ਰਹੇ ਇੰਜ ਜੁੱਤੀਆਂ ਫਿਰ ਉਹਨੂੰ ਪੈਣਗੀਆਂ ਬੜੀਆਂ ਪਈਆਂ। ਜੁੱਤੀਆਂ ਮਸਾਲਾ नमक अभी थोड़ा सी कमी फील हुई है, लेकिन वैसे ओवरऑल ठीक है। बस अरे उसको कितनी देर पकाना है? ये बस पानी उबलेगा तो चावल मुड़ के दम पे 10-15 मिनट पक जाएगा। हां हां जी, थोड़ी जल्दी खा ला, अभी तक बस ने बढ़िया बड़ा
ਮਾਮੂ ਕਿੰਨਾ ਕੁ ਟਾਈਮ ਲੱਗਣਾ ਇਹਨੂੰ ਲੱਗਣੇ ਨੇ ਤਕਰੀਬਨ 10 ਮਿੰਟ ਬਸ ਬਸ ਲਓ ਸਾਹਿਬ ਜੀ ਕੰਮ ਦੇਈਏ ਤੇ ਮਾਮਾ ਤਾਂ ਮੈਂ ਚੁੱਕ ਲੈਣਾ ਜੀ ਤਵਾ ਬਸ ਸਾਹਿਬ ਰੱਖ ਦਿਓ ਤੁਸੀਂ ਰੱਖ ਦਿਓ ਮੈਂ ਜਾਣ ਕੇ ਤੁਹਾਡੇ ਵਾਸਤੇ ਢਿੱਲਾ ਪਿਆ ਕੇ ਚਲੇ ਜਾਂਦਾ ਯਾਰ ਉਹ ਨਹੀਂ ਹੋ ਸਕਦਾ ਉਸ ਪਿੰਡ ਚ ਜਿੱਥੇ ਪਤਾ ਹੀ ਨਹੀਂ ਕੀ ਮੇਰਾ ਉਹ ਕਸਾਈ ਨੂੰ ਜਾ ਕੇ ਕਹਿੰਦਾ ਅੱਧਾ ਕਿਲੋ ਗੋਸ਼ ਦੇ ਛੋਟੇ ਛੋਟੇ ਭੋਰੇ ਕਰ ਦਿਓ ਇਹ ਮਾਮਾ ਵੀ ਆਪਣੀ ਦੋਸਤ ਨਾਲ ਜਾ ਰਿਹਾ ਗੱਡੀ ਤੇ ਹੈ ਉਹ ਕਾਣੇ ਜਾ ਰਿਹਾ ਤੇ ਉਹਦਾ ਐਂ ਕਰਕੇ ਹੱਥ ਆਇਆ ਮਾਮੇ ਦਾ ਤੇ ਮਾਮੇ ਦੀ ਦੋਸਤ ਕਹਿੰਦੀ ਆਪ ਇਸੇ ਵੀ ਅੱਗੇ ਜਾ ਸਕਦੇ ਹੋ ਉਹ ਚੀਚਾ ਬਦਨੀ ਲੈ ਗਿਆ ਮਾਮਾ ਕਪੜਾ ਲਿਆ ਕੋਈ ਲੋ ਜੀ ਸਾਡਾ ਪਲਾਉ ਦਮ ਤੇ ਆ ਗਿਆ ਤੇ ਅਸੀਂ ਹੁਣ ਤੁਹਾਨੂੰ ਇਨਸ਼ਾਅੱਲਾ ਮਿਲਨੇ ਆਂ ਦਾ ਖਾਣੇ ਦੀ ਦਸਤਰਖਾਨ ਤੇ ਮਿਲਨੇ ਇਨਸ਼ਾਅੱਲਾ ਜੀ ਭੈਣ ਤੇ ਭਰਾਓ ਅਸੀਂ ਤੇ ਤੁਹਾਨੂੰ ਦਸਤਰਖਾਨ ਤੇ ਮਿਲਣਾ ਸੀ ਲੇਕਿਨ ਇਹ ਵੇ ਕਿ ਸਾਨੂੰ ਨਾ ਦਹੀਂ ਨਹੀਂ ਮਿਲਿਆ ਹੈ ਅੱਛਾ ਜੀ ਤੇ ਪਲਾਉ ਜਿਹੜਾ ਉਹ ਦਹੀਂ ਤੋਂ ਬਗੈਰ ਰਾਇਤੇ ਤੋਂ ਬਗੈਰ ਅੱਛਾ ਲੱਗਦਾ ਤੇ ਅਸੀਂ ਨਾ ਇੱਕ ਨਵੀਂ ਚਟਨੀ ਬਣਾਉਣ ਲੱਗੇ ਟਮਾਟਰ ਪਿਆਜ਼ ਹਰੀਆਂ ਮਿਰਚਾਂ ਇੱਕ ਲਸਣ ਦੀ ਤੂਰੀ ਤੇ ਥੋੜਾ ਜਿਹਾ ਧਨੀਆ ਇਹ ਇਨਸ਼ਾਅੱਲਾ ਤੁਸੀਂ ਪਲਾਉ ਦੇ ਉੱਤੇ ਟਮਾਟਰ ਦੀ ਚਟਨੀ ਨੂੰ ਕਹਿੰਦੇ ਨੇ ਤੇ ਤੁਹਾਨੂੰ ਬਹੁਤ ਮਜ਼ਾ ਆਏਗਾ ਵੈਸੇ ਪਿਆਜ਼ ਇਹਦੇ ਚ ਪਾਉਂਦੇ ਨਹੀਂ ਨਾ ਲੇਕਿਨ ਮੈਂ ਥੋੜਾ ਜਿਹਾ ਪਿਆਜ਼ ਇਸ ਲਈ ਪਾਉਣ ਲੱਗਾ ਕਿ ਉਹ ਥੋੜਾ ਜਿਹਾ ਜ਼ਰਾ ਠਿੱਕ ਜੀ ਹੋ ਜਾਏਗੀ ਚਟਨੀ ਆਜ਼ਮ ਇਹ ਉਸ ਪਿੰਡ ਦਾ ਹੈਗਾ ਏਡਾ ਪੁਰਾਣਾ ਪਿੰਡ ਹੈਗਾ ਰਹਿਣ ਵਾਲਾ ਜਿੱਥੇ ਲਾਲਟਨ ਕੱਲ ਯਾਦ ਹੋਇਆ ਐ ਲਸਣ ਦੀ ਤੂਰੀ ਜੀ ਵਿੱਚ ਇੱਕ ਹੋਰ ਚਲੋ ਜੀ ਨਹੀਂ ਖਾਂਦੇ ਫਿਰ ਉਹ ਮੇਰੇ ਘਰ ਦੇ ਵਿੱਚ ਨਾ ਅਸੀਂ ਇਹ ਚਟਨੀ ਬਣਾ ਲੈਂਦੇ ਹਾਂ ਉਹ ਵੈਸੇ ਘਰ ਵਾਲੇ ਪਿਆਜ਼ ਨਹੀਂ ਐਡ ਕਰਦੇ ਮੈਂ ਥੋੜਾ ਜਿਹਾ ਪਿਆਜ਼ ਇਸ ਲਈ ਐਡ ਕੀਤਾ ਕਿ ਜ਼ਰਾ ਅੱਛਾ ਹੋ ਜਾਏ ਬਾਤ ਹੀ ਕਰਨਾ ਤੂੰ ਤੁਸੀਂ ਖਾ ਲਈ ਆਪਣੇ ਸਿਰ ਜਾਓ ਜੀ ਭੈਣ ਭਰਾਓ ਤੇ ਅਸੀਂ ਆ ਗਏ ਹਾਂ ਦਸਤਰਖਾਨ ਤੇ ਮੇਰੇ ਬੜੇ ਪੁਰਾਣੇ ਦੋਸਤ ਮੇਰੇ ਯਾਨੀ ਕਿ ਵੱਡੇ ਭਰਾ ਮਤਲਬ ਪੰਕਲੀਨ ਤੇ ਕਿੰਨੇ 25 ਸਾਲ ਹੋ ਗਏ 20 ਸਾਲ ਹੋ ਗਏ ਨੇ ਜੀ ਸਾਡਾ ਸਲਾਮ ਦੁਆ ਪਿਆਰ ਮੇਰੇ ਫੈਨ ਨੇ ਠੀਕ ਹੈ ਜੀ ਤੇ ਕੱਲ੍ਹ ਇਹਨਾਂ ਦਾ ਫੋਨ ਆਇਆ ਕਿ ਜੀ ਉਹ ਖਾਣਾ ਤੇ ਮੈਂ ਕਿਹਾ ਚਲੋ ਫਿਰ ਤੇ ਵੀਡੀਓ ਚ ਇਸ ਕਰਕੇ ਨਹੀਂ ਆਏ ਕਿ ਜ਼ਰਾ ਸਰਕਾਰੀ ਜੇ ਬੰਦੇ ਸਰਕਾਰੀ ਨੌਕਰੀਆਂ ਦੇ ਤਾਂ ਵੀਡੀਓ ਚ ਨਹੀਂ ਆਏ ਤੇ ਬਸ ਖਾਣੇ ਤੇ ਫਿਰ ਮੈਂ ਕਿਹਾ ਜੀ ਮੇਰੇ ਨਾਲ ਤੇ ਬਹਿ ਕੇ ਖਾਓ ਤੁਸੀਂ ਆਏ ਹੋ ਖਾਣੇ ਤੇ ਵਾਪਰ ਚ ਤੁਸੀਂ ਜੀ ਵਾਪਰ ਜੀ ਦਰਸਲ ਅਸਲਾਮ ਵਾਲੀਕਮ ਜੀ ਗਰਮੀ ਸਾਹਿਬ ਮੇਰੇ ਭਾਈ ਹੈ ਇਨਕਾ ਸ਼ੁਕਰੀਆ ਇਨਕੀ ਮੁਹੱਬਤ ਕਿ ਇਨਕੇ ਸਾਥ ਦੇ 20 ਸਾਲ ਦਾ ਰਿਲੇਸ਼ਨ ਬੜਾ ਅੱਛਾ ਕੋਈ ਉਸ ਕੇ ਨਤੀਜਾ ਇਹ ਹੈ ਕਿ ਅੱਜ ਹਮ ਇਕੱਠੇ ਬੈਠੇ ਖਾਣਾ ਖਾ ਰਹੇ ਹਾਂ ਉਹ ਵੀ ਰਿਲੇਟਡ ਅੱਲਾਹ ਪਾਕ ਇਨਕੇ ਰਿਜ਼ਕ ਕਰੇ ਜੀ ਅੱਲਾਹ ਪਾਕ ਇਨਕੋ ਖੁਸ਼ ਰੱਖੇ ਇਨਕੀ ਮੁਹੱਬਤ ਹੈ ਇਨਕੀ ਚਾਹਤ ਹੈ ਨਹੀਂ ਜੀ ਭਾਈ ਇਹ ਦਮਾਦ ਹੈ ਜੀ ਆਪਣਾ ਕਲੀਮ ਬਾਈ ਕਾ ਕਿਆ ਨਾਮ ਹੈ ਤੇਰਾ ਮੀਆਂ ਹਸੀਬ ਮੀਆਂ ਹਸੀਬ ਤੋ ਕਿਆ ਕਰਤੇ ਹਸੀਬ ਆਪ
ਮੈਂ ਜੋਬ ਕਰਦਾ ਦੁਬਈ ਮੈਂ ਦੁਬਈ 'ਚ ਕੰਮ ਕਰਦੇ ਨੇ ਜੀ ਵਾਹ ਜੀ ਵਾਹ ਅਤੇ ਭਾਈ ਉਹਦਾ ਤਾਰਫ ਜੇ ਮੇਰੇ ਦੋਸਤ ਹੈ ਜੀ ਪ੍ਰੋਪਰਟੀ ਦਾ ਕੰਮ ਕਰਦੇ ਹੈ ਤੋ ਇਨਕਾ ਨਿੱਕ ਨੇਮ ਗੁੱਲੂ ਗੁੱਲੂ ਹੈ ਇਨਕੋ ਕਹਿੰਦੇ ਹੈ ਕੀ ਕਹਿੰਦੇ ਨੇ ਗੁੱਲੂ 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 ਚਲੋ ਜੀ ਪਾਓ ਖਾਣਾ ਪਾਓ ਖਾਣਾ ਪਾਓ ਖਾ ਲਓ ਲਓ ਪਲੇਟ ਫੜੋ ਜੀ ਉਹਨਾਂ ਦਾ ਪਿਆਰ ਹੈ ਕਿ ਮੈਨੂੰ ਕਹਿ ਰਹੇ ਤੁਸੀਂ ਪਹਿਲੇ ਪਾਓ ਪਲੀਜ਼ ਹਾਲਾਂਕਿ ਮੇਰੇ ਮਹਿਮਾਨ ਨੇ ਅਤੇ ਮੇਰਾ ਹੈਗਾ ਕਿ ਮੈਂ ਪਹਿਲੇ ਥੋੜ੍ਹੀ ਜਿਹੀ ਆਪਣੀ ਸੈਟ ਠੀਕ ਕਰ ਇਹ ਜੀ ਤੁਸੀਂ ਗਦੈਤਾ ਨਹੀਂ ਸੀਗਾ ਸਾਡੇ ਕੋਲ ਅਤੇ ਮੈਂ ਭੈਣਾਂ ਭਰਾਵਾਂ ਨਾਲ ਨਵੀਂ ਇੱਕ ਰੈਸਿਪੀ ਸ਼ੇਅਰ ਕੀਤੀ ਹੈ ਮੈਂ ਹਾਂਜੀ ਇਹ ਇੱਧਰ ਹੈਗੀ ਜੀ ਉਹਦੀ ਟਮਾਟਰ ਦੀ ਚਟਨੀ ਜ਼ਰਾ ਟਰਾਈ ਕਰੋ ਸਾਲਣ ਪਾਉਣਾ ਅਤੇ ਸਾਲਣ ਜੋ ਦਿਲ ਕਰੇ ਰੋਟੀ ਸਾਲਣ ਪਾਉਣੇ ਆ ਜਾਓ ਉੱਥੇ ਨਾਲ ਬਹਿ ਜਾਓ ਮਾਮਾ ਕਿੱਥੇ ਹੈਗਾ ਬਿਸਮਿਲਲਾਹਿਰਰਹਿਮਾਨਿਰਰਹੀਮ ਚਟਨੀ ਮਜ਼ੇਦਾਰ ਹਰੀ ਮਿਰਚ ਟਮਾਟਰ ਦੀ ਚੱਲ ਜਾਣੀ ਬਹੁਤ ਹੀ ਮਜ਼ੇ ਕੀ ਕਰਾਈ ਬਣੀ ਹੈ ਜੀ ਬਹੁਤ ਮਜ਼ੇ ਕੀ ਬਣੀ ਆਪਕੋ ਪਤਾ ਮੈਂ ਆਪਕੇ ਫੈਨ ਤੁਹਾਡੇ ਖਾਣੇ ਵਾਸਤੇ ਤੇ ਸਰਦੀ ਵਾਸਤੇ ਇੱਕ ਸ਼ੇਅਰ ਮੈਂ ਕਰਾਂਗਾ ਐਸੀ ਸਰਦੀ ਹੈ ਕਿ ਸੂਰਜ ਵੀ ਦੁਹਾਈ ਮੰਗੇ ਵਾਹ ਵਾਹ ਐਸੀ ਸਰਦੀ ਹੈ ਕਿ ਸੂਰਜ ਵੀ ਦੁਹਾਈ ਮੰਗੇ ਜੋ ਪਰਦੇਸ ਮੇ ਹੈ ਉਹ ਕਿਸੇ ਰਜ਼ਾਈ ਮੰਗੇ ਅੱਛਾ ਖਾਣਾ ਔਰ ਸਰਦੀ ਕੀ ਵੈਸੇ ਸਹੀ ਹੈ ਜੀ ਮੈਂ ਦੂਸਰੀ ਵਾਰੀ ਚਾਵਲ ਪਾ ਰਿਹਾ ਮੈਨੂੰ ਮਜ਼ਾ ਹੀ ਇੰਨਾ ਆਇਆ ਚਾਵਲਾਂ ਦਾ ਹਾਂ ਸਰ ਕੜਾਹੀ ਵੀ ਖਾਓ ਮੈਂ ਕੜਾਹੀ ਖਾਣਾ ਨਹੀਂ ਇਹ ਚਟਨੀ ਬਹੁਤ ਕਮਾਲ ਹੈ ਦੇਖੋ ਨਾ ਤੁਸੀਂ ਇਹ ਪੂਰਾ ਤੁਹਾਡਾ ਉਹ ਯਾਨੀ ਕਿ ਰਾਇਤੇ ਦਾ ਕੰਮ ਕਰੇਗੀ ਇਹਦੇ 'ਚ ਅਸੀਂ ਪੁਦੀਨਾ ਧਨੀਆ ਹਰੀਆਂ ਮਿਰਚਾਂ ਇੱਕ ਪਿਆਜ਼ ਦੀ ਗੰਢੀ ਲਸਣ ਟਮਾਟਰ ਥੋੜ੍ਹੇ ਜ਼ਿਆਦਾ ਕਿਉਂਕਿ ਬੜਾ ਮਜ਼ਾ ਕਰੀ ਤੁਸੀਂ ਇਨਸ਼ਾਅੱਲਾ ਦੋ ਕੁ ਹਰੀਆਂ ਮਿਰਚਾਂ ਜ਼ਿਆਦਾ ਪਾ ਕੇ ਥੋੜ੍ਹੀ ਜਿਹੀ ਤਿੱਖੀ ਕਰਕੇ ਥੋੜ੍ਹੀ ਜਿਹੀ ਅਤੇ ਪਲਾਓ ਸਾਦਾ ਇੱਕ ਵਾਰੀ ਟਰਾਈ ਕਰਨਾ ਰੈਸਪੀ ਬਹੁਤ ਮਜ਼ਾ ਆਏਗਾ ਪਲਾਓ ਨਾਲ ਬਹੁਤ ਲੋਕ ਮੈਂ ਜ਼ਿਆਦਾ ਰਾਇਤਾ ਨਹੀਂ ਖਾਂਦਾ ਅਤੇ ਮੈਨੂੰ ਤਾਂ ਬੈਸਟ ਚਟਨੀ ਹੈ ਮੇਰੇ ਲਈ ਕਈ ਨੂੰ ਸੱਸਾਂ ਕੋਲ ਮਾਰ ਵੀ ਖਾਣਗੀਆਂ
ਇੰਨਾ ਖਰਚਾ ਕਰਨ ਲੱਗਿਆ ਜਰਗੀ ਤੇ ਖਾਣਾ ਸਾਰੇ ਸ਼ੌਕ ਨਾਲ ਖਾਂਦੇ ਨੇ ਖਾਣੇ ਵਾਸਤੇ ਤੇ ਸਾਰੇ ਹੀ ਕਹਿੰਦੇ ਨੇ ਵੀ ਚੰਗਾ ਹੋਣਾ ਚਾਹੀਦਾ ਉਹਦੇ ਚ ਭਾਵੇਂ ਜੋ ਮਰਜ਼ੀ ਲੱਗੇ ਹੁਣ ਮੇਰੀ ਆਈ ਨੀ ਚਟਨੀ ਜਿਹੜੀ ਮੇਰੀ ਫੇਵਰੇਟ ਚਟਨੀ ਉਹ ਪਲਾਉ ਨਾਲ ਬਣਾਈ ਸੀ ਆਪਣੀਆਂ ਬਹੁਤ ਸਾਰੀਆਂ ਦੁਆਵਾਂ 'ਚ ਸਾਨੂੰ ਯਾਦ ਰੱਖਣਾ ਅਸੀਂ ਸਾਰੇ ਆਪਣੀਆਂ ਦੁਆਵਾਂ 'ਚ ਤੁਹਾਨੂੰ ਯਾਦ ਰੱਖਾਂਗੇ ਜਿਹੋ ਜਿਹਾ ਮੌਸਮ ਇਸ ਤਰ੍ਹਾਂ ਹੀ ਆਪਣੇ ਘਰਾਂ 'ਚ ਮਜ਼ੇ ਮਜ਼ੇ ਦੇ ਖਾਣੇ ਬਣਾ ਕੇ ਖਾਓ ਹਮਾਰੀ ਸਭ ਕੀ ਤਰਫ ਸੇ ਅੱਲਾਹ